ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਸਾਡੀ ਦੁਆ ਕਿ ਸਾਡੇ ਭੈਣ ਵੀਰ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਇਸੇ ਦੁਆਰਾ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਦੀ ਵੀਡੀਓ ਕੁਛ ਇਸ ਤਰ੍ਹਾਂ ਜੀ ਕਿ ਕੰਮ 'ਤੇ ਜਾਣ ਦੀ ਤਿਆਰੀ ਹੋਈ ਹੈ, ਥੋੜ੍ਹੀ ਜਿਹੀ ਅੱਟ ਪਈ ਹੋਈ ਸੀਗੀ। ਮੈਂ ਕਿਹਾ ਤੁਸੀਂ ਇੱਦਾਂ ਕਰੋ, ਇਹ ਅੱਟ ਨੂੰ ਲਗਾ ਦਿਓ ਜੀ। ਤਕਰੀਬਨ ਸ਼ਾਇਦ ਹੋ ਸਕਦਾ 7-8 ਸੌ ਹਜ਼ਾਰ ਅੱਟ ਪਈ ਹੋਣੀ ਹੈ। ਚਲੋ ਮੈਂ ਕਿਹਾ ਤੁਸੀਂ ਅੱਟ ਲਾਓ, ਉਸ ਤੋਂ ਬਾਅਦ ਫਿਰ ਦੁਬਾਰਾ ਕਿਸ ਭੈਣ ਵੀ ਅਗਰ ਰਿਕੁਐਸਟ ਕਰਕੇ ਅਤੇ ਤੁਹਾਡੇ ਵਾਸਤੇ ਕਿੱਟ ਦੀ ਟੈਲੀ ਮੰਗਵਾਉਂਦੇ ਹਾਂ, ਮੰਗਵਾ ਕੇ ਅਤੇ ਫਿਰ ਅੱਲਾ ਖਿਆਲ ਕਰੇ ਅਗਲਾ ਤੁਹਾਡਾ ਕੰਮ ਜਿਹੜਾ ਨਾ ਸ਼ੁਰੂ ਕਰਦੇ ਹਾਂ ਜੀ। ਔਰ ਬਾਕੀ ਜੀ ਸ਼ਾਦੀ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਜੀ। ਸ਼ਾਦੀ ਸਾਡੀ ਹੈਗੀ ਹੈ ਜੀ, ਇੱਕ ਚਾਚੂ ਸਰਵਰ ਸਾਡੇ ਉਹਦੀ ਬੇਟੀ ਦੀ ਔਰ ਚਾਚੂ ਲਿਆਕਤ ਦੇ ਬੇਟੇ ਦੀ ਜੀ। ਉਹ ਦੋਸਤ ਪਿੰਡ ਦੇ ਵਿੱਚ ਦੋਵੇਂ ਬੰਦੇ ਮੇਰੇ ਭੈਣ ਭੈਣ ਦੇਖੇ ਹੋਏ ਆ, ਚਾਚੂ ਸਾਡੇ, ਚਾਚੂ ਲਿਆਕਤ ਔਰ ਚਾਚੂ ਸਰਵਰ। ਚਾਚੂ ਸਰਵਰ ਦੀ ਬੇਟੀ ਆ ਔਰ ਚਾਚੂ ਲਿਆਕਤ ਦਾ ਬੇਟਾ ਜੀ। ਉਹਨਾਂ ਦੀ ਸ਼ਾਦੀ ਸ਼ੁਰੂ ਹੋ ਚੁੱਕੀ ਹੈ ਜੀ। ਵਾਲਕਮ ਸਲਾਮ। ਸ਼ਾਦੀ ਦੀ ਤਿਆਰੀ ਹੋ ਚੁੱਕੀ ਹੈ ਜੀ, ਉਹਨਾਂ ਦਾ ਰਿਸ਼ਤਾ ਵੀ ਅਸੀਂ ਤੈਅ ਕੀਤਾ ਜੀ, ਔਰ ਉਸ ਤੋਂ ਬਾਅਦ ਉਹਨਾਂ ਦੀ ਸ਼ਾਦੀ ਦੀ ਜਿਹੜੀ ਤਿਆਰੀ ਆ ਉਹ ਵੀ ਅਸੀਂ ਹੀ ਕਰ ਰਹੇ ਹਾਂ ਜੀ। ਉਹਦੀ ਤਿਆਰੀ ਕਰ ਰਹੇ ਹਾਂ, ਸ਼ਾਦੀ ਦੀ ਨਾਲ ਹੁਣ ਸਮਾਨ ਹੁਣਾਉਣਾ ਸ਼ੁਰੂ ਹੋ ਜਾਏਗਾ ਅਤੇ ਨਾਲ ਹੁਣ ਆਪਣੇ ਭੈਣ ਭੈਣ ਦੇ ਸ਼ੇਅਰ ਕਰਦੇ ਜਾਵਾਂਗੇ, ਜਿਹੜਾ ਬੱਚੀ ਵਾਸਤੇ ਸਮਾਨ ਅਸੀਂ ਲੈ ਰਹੇ ਹਾਂ ਜੀ। ਜੇ ਸਰਵਰ ਦੇ ਘਰ ਦੀ ਜੋ ਲਿਆਕਤ ਦੇ ਬੇਟੇ ਦੀ ਸ਼ਾਦੀ ਵਾਸਤੇ ਸਮਾਨ ਸੀਗਾ ਉਹ ਸਾਰਾ ਉਹਨਾਂ ਨੂੰ ਫਾਈਨਲ ਕਰ ਦਿੱਤਾ ਜੀ। ਉਹ ਆਪਣਾ ਸਮਾਨ ਲੈ ਗਏ ਹੋਏ ਆਪਣੇ ਘਰ, ਔਰ ਬਾਕੀ ਰਹਿ ਗਿਆ ਬੱਚੀ ਵਾਲੇ ਘਰ ਦਾ ਸਮਾਨ ਜੋ ਸਰਵਰ ਦਾ, ਉਹਦੇ ਸਮਾਨ ਦੀ ਵੀ ਤਿਆਰੀ ਅਸੀਂ ਕਰ ਰਹੀ ਹੈਗੀ। ਬਾਕੀ ਜੀ ਬੱਚੀ ਦਾ ਜਹੇਜ਼ ਦਾ ਸਮਾਨ ਇਨਸ਼ਾਅੱਲਾ ਆਉਣਾ ਸ਼ੁਰੂ ਹੋ ਚੁੱਕਿਆ, ਔਰ ਜਿਵੇਂ ਜਿਵੇਂ ਸਮਾਨ ਨਾਲ ਨਾਲ ਆਉਂਦਾ ਜਾਏਗਾ ਉਹ ਆਪਣੇ ਭੈਣ ਭੈਣ ਦੇ ਨਾਲ ਸ਼ੇਅਰ ਕਰਦੇ ਜਾਵਾਂਗੇ ਜੀ। ਕੱਲ੍ਹ ਬਾਜ਼ਾਰ ਗਏ ਹੋਏ ਸੀਗੇ ਜੀ, ਔਰ ਬਾਜ਼ਾਰੋਂ ਲੈ ਕੇ ਆਉਂਦਾ ਇੱਕ ਡਿਨਰ ਸੈੱਟ, ਇਹ ਵਾਲਾ ਡਿਨਰ ਸੈੱਟ ਲੈ ਕੇ ਆਉਂਦਾ ਜੀ, ਔਰ ਨਾਲ ਲੈ ਕੇ ਆਏ ਇੱਕ ਟਰੇ ਸੈੱਟ ਜੀ। ਇਹ ਵਾਲਾ ਇੱਕ ਡਿਨਰ ਸੈੱਟ ਔਰ ਇੱਕ ਟਰੇ ਸੈੱਟ, ਇਹ ਦੋ ਚੀਜ਼ਾਂ ਰਾਤ ਸ਼ਹਿਰ ਗਏ ਹੋਏ ਸੀਗੇ ਅਤੇ ਅਸੀਂ ਕਰਕੇ ਜਾਂਦੇ ਹੋਏ ਬਰਤਨਾਂ ਦੇ ਵਿੱਚ ਇਹ ਲਈ ਚੜੀਏ। ਸਭ ਤੋਂ ਪਹਿਲਾ ਗਿਫਟ ਉਸ ਬੱਚੀ ਵਾਸਤੇ ਆਇਆ ਟਰੇ ਸੈੱਟ, ਔਰ ਨਾਲ 3 ਟਰੇਵਾਂ ਜੀ, ਔਰ ਨਾਲ ਡਿਨਰ ਸੈੱਟ 8 ਪੀਸ ਵਾਲਾ, ਹਰ ਚੀਜ਼ 8-8 ਪੀਸ ਆ ਇਹਦੇ ਵਿੱਚ। ਅੱਛਾ ਜੀ, ਇੱਧਰ ਪਹੁੰਚ ਗਏ ਹਾਂ ਕੰਮ ਦੇ ਉੱਪਰ, ਔਰ ਅੱਜ ਇਹਨਾਂ ਦੇ ਭਾਈਆਂ ਦੀ ਛੁੱਟੀ ਨਹੀਂ ਕਰਵਾਈ ਹੈਗੀ। ਮੈਂ ਕਿਹਾ ਕੋਈ ਸ਼ਿਟ ਸਾਡੇ ਕੋਲ ਪਈ ਸੀ, ਸਾਰੀ ਇੱਟ ਇਕੱਠੀ ਕਰਵਾਈ ਆ, ਇਕੱਠੀ ਕਰਵਾ ਕੇ ਇਹਦੇ ਨਵੀਂ ਇੱਟ ਥੱਲੇ ਥੋੜ੍ਹੀ ਜਿਹੀ ਇੱਟ ਆਈ ਹੋਈ ਸੀ, ਉਹ ਵੀ ਬਾਹਰ ਕਢਾ ਲਈ ਹੈ, ਸਾਹਮਣੇ ਪਈ ਆ ਜੀ, ਔਰ ਇਹ ਇੱਟ ਪਈ ਹੈ ਸਾਹਮਣੇ, ਔਰ ਇੱਧਰ ਵਾਲੀ ਸਾਈਡ 'ਤੇ ਇਹ ਵਾਲੀ ਇੱਟ ਪਈ ਹੋਈ ਸੀਗੀ। ਸਾਰੀ ਇੱਟ ਇਕੱਠੀ ਕਰਵਾ ਕੇ ਅਤੇ ਇਹ ਬੈਕ ਸਾਈਡ ਵਾਲੀ ਦੀਵਾਰ ਦੀ ਕਰਵਾਈ ਆ ਜੀ ਪੈਡ। ਇੱਧਰ ਬਾਈ ਨੇ ਕੋਨਾ ਲਗਾ ਲਿਆ ਹੋਇਆ, ਕੋਨਾ ਲਗਾ ਕੇ ਅਤੇ ਬੈਕ ਸਾਈਡ ਦੀ ਪੈਡ ਕਰਕੇ, ਮੈਂ ਕਿਹਾ ਬੈਕ ਸਾਈਡ ਦੀ ਦੀਵਾਰ ਲਗਾਓ, ਜਿਹੜੀ ਫਿਰ ਇੱਟ ਲੱਗਦੀ ਹੈ ਤਾਂ ਲਾਓ ਨਾ, ਬਾਕੀ ਫਿਰ ਦੇਖ ਲਿਆ ਵੀ ਕੀ ਨਿਜ਼ਾਮ ਹੋਏਗਾ ਜੀ। ਇੱਕ ਇੱਟ ਦੀ ਟਰਾਲੀ ਚਾਹੀਦੀ ਹੈ ਜੀ, ਉਹਦੇ ਵਾਸਤੇ ਸਾਰੇ ਭੈਣ ਮੇਰੀ ਰਿਕੁਐਸਟ ਮੈਂ ਕੱਲ੍ਹ ਕੀਤੀ ਸੀਗੀ, ਅਤੇ ਅੱਜ ਫਿਰ ਦੁਬਾਰਾ ਰਿਕੁਐਸਟ ਕਰ ਰਹੇ ਹਾਂ ਕਿ ਇੱਕ ਇੱਟ ਦੀ ਟਰਾਲੀ ਇਸ ਫੈਮਿਲੀ ਵਾਸਤੇ ਮੈਨੂੰ ਚਾਹੀਦੀ ਹੈ ਜੀ। ਇਸ ਕਮਰੇ ਵਿੱਚ ਇੱਟ ਪਈ ਹੋਈ ਹੈ ਜੀ, ਔਰ ਦੂਸਰੇ ਕਮਰੇ ਵਿੱਚ, ਇੱਧਰ ਵਾਲੇ ਕਮਰੇ ਦੇ ਵਿੱਚ ਇੱਟ ਪਈ ਹੋਈ ਹੈ ਜੀ, ਔਰ ਅਗਰ ਕਿਸੇ ਭੈਣ ਭਾਈ ਨੇ ਸ਼ਾਇਦ ਲੈਣਾ ਹੋਵੇ ਨਾ ਜੀ, ਬੇਸ਼ੱਕ ਪਾਕਿਸਤਾਨ ਤੋਂ ਕਿਸੇ ਨੇ ਲੈਣਾ ਹੋਵੇ ਜਾਂ ਬਾਹਰ ਤੋਂ ਕਿਸੇ ਨੇ ਵੀ ਲੈਣਾ ਹੋਵੇ ਅਤੇ ਕਿਸੇ ਵੀ ਰਿਸ਼ਤੇਦਾਰ ਨੂੰ ਲੈ ਕੇ ਦੇਣਾ ਹੋਵੇ, ਨਿੱਕਾ ਸ਼ਾਇਦ ਵੀ ਮਿਲ ਜਾਏਗਾ। ਹਾਂਜੀ, ਨਿੱਕਾ ਸ਼ਾਇਦ ਵੀ ਮਿਲ ਜਾਏਗਾ, ਔਰ ਵੱਡਾ ਸ਼ਾਇਦ ਵੀ ਮਿਲ ਜਾਏਗਾ ਜੀ। ਇਹ ਦੇਸੀ ਤਾਂ ਕੀ ਵਿਲਾਇਤੀ ਦਾ ਨਾਮ ਹੁੰਦਾ, ਇਹਦਾ ਕੀ ਹਿਸਾਬ ਹੁੰਦਾ? ਦੇਸੀ ਸ਼ਾਇਦ। ਅਤੇ ਨਿੱਕੇ ਨੂੰ ਕੀ ਕਹਿੰਦੇ ਆ? ਉਹ ਵੀ ਛੋਟਾ ਸ਼ਾਇਦ ਹੈ, ਨਿੱਕਾ ਸ਼ਾਇਦ। ਠੀਕ ਹੈ ਜੀ, ਅਗਰ ਕਿਸੇ ਵੀ ਨੂੰ ਵੀ ਸ਼ਾਇਦ ਚਾਹੀਦਾ ਹੋਵੇ ਤਾਂ ਜੰਗਲੀ ਮਾਖੀ, ਹਾਂ ਜੰਗਲੀ ਮਾਖੀ ਕਿਸੇ ਨੂੰ ਮਿਲਣਾ ਹੋਵੇ ਤਾਂ ਉਹ ਵੀ ਲੈਣਾ ਹੋਵੇ ਕਿਸੇ ਨੂੰ ਤਾਂ ਉਹ ਵੀ ਮਿਲ ਸਕਦਾ ਜੀ। ਕਿਵੇਂ ਕਿਲੋ ਮਿਲੇਗਾ ਬੱਬੀ? 1200 ਰੁਪਏ ਕਿਲੋ, ਪਿਆਰ ਮੈਂ ਵਧਾ ਸਕਦੀ ਹੈ। ਚਲੋ ਅੱਛਾ, ਠੀਕ ਹੈ, ਕਿਉਂਕਿ ਸਰਦੀਆਂ ਵਾਸਤੇ ਸ਼ਾਇਦ ਲਿਆ ਜਾਂਦਾ ਨਾ ਜੀ, ਗਰਮੀਆਂ ਵਿੱਚ ਹੁਣ ਸੀਗੇ ਨਾ ਸ਼ਾਇਦ ਦਾ, ਹੁਣ ਸ਼ਾਇਦ
ਕੱਲ੍ਹ ਨੂੰ ਭਾਈ ਨੇ ਲਿਆਂਦਾ ਸੀ ਕਿਉਂਕਿ ਕੱਲ੍ਹ ਦੇ ਕੰਮ 'ਤੇ ਛੁੱਟੀ ਸੀਗੀ ਅਤੇ ਕੱਲ੍ਹ ਗਿਆ ਸੀ ਆਪਣੇ ਸ਼ਹਿਦ ਲਾਉਣ ਵਾਸਤੇ ਜੀ, ਅਤੇ ਲੈ ਕੇ ਆਇਆ ਇੱਥੇ ਤਕਰੀਬਨ ਕਿਲੋ ਸ਼ਹਿਦ ਆ ਜੀ, ਕਿਲੋ ਸ਼ਹਿਦ ਇਹਨਾਂ ਨੇ ਮੈਨੂੰ ਦਿੱਤਾ, ਲੈ ਕੇ ਮੈਂ ਜਾ ਰਿਹਾ ਘਰ ਜੀ। ਅਗਰ ਕਿਸੇ ਬੈਨ ਬੇਨ ਸ਼ਹਿਦ ਲੈਣਾ ਹੋਵੇ ਤਾਂ ਮੈਨੂੰ ਰਾਬਤਾ ਕਰ ਸਕਦਾ, ਬੇਸ਼ੱਕ ਜਿੰਨਾ ਮਰਜ਼ੀ ਲੈਣਾ ਹੋਵੇ। ਇਹ ਕਿੰਨਾ ਕੁ ਮਿਲ ਜਾਏਗਾ ਵੀ, ਦੋ ਮਨ, ਚਾਰ ਮਨ, ਪੰਜ ਮਨ ਮਿਲ ਸਕਦਾ? ਮਿਲ ਜਾਏਗਾ ਨਾ ਫਿਰ ਤਾਂ, ਹਾਂ ਯਕਦਮ ਨਹੀਂ, ਆਸਤਾ ਆਸਤਾ ਮਿਲ ਜਾਏਗਾ ਨਾ। ਇਦਾਂ ਨਾ ਸਟਾਕ ਨਹੀਂ ਨਾ ਕਰਦੇ ਹੈਗੇ, ਨਾਲ ਦੀ ਨਾਲ ਇਹ ਵੇਚੀ ਜਾਂਦੇ, ਕੱਢੀ ਜਾਂਦੇ ਆ, ਗਾਹਕ ਬੜੇ ਹੈਗੇ ਲੈਣ ਵਾਲੇ। ਸਹੀ ਹੈ, ਜਿੱਦਾਂ ਆਰਡਰ ਆਉਂਦਾ ਹੈਗਾ ਉਹਨਾਂ ਫਿਰ ਸਟਾਕ ਕਰਕੇ ਨਹੀਂ, ਇਹਨੂੰ ਅਗਰ ਆਰਡਰ ਦਿੱਤਾ ਜਾਵੇ ਤੈਨੂੰ ਤੈਨੂੰ ਦੱਸਿਆ ਵੀ ਇੰਨਾ ਸ਼ਾਇਦ ਲੈਣਾ, 8 ਦਿਨਾਂ ਬਾਅਦ ਉਹਨਾਂ ਸ਼ਾਇਦ ਪੂਰਾ ਕਰ ਲਿਆ ਆਪਣਾ ਟਾਰਗੇਟ ਕਰ ਲਿਆ। 8 ਦਿਨਾਂ ਬਾਅਦ, 15 ਦਿਨਾਂ ਬਾਅਦ ਆਪਣਾ ਘਰ ਦਾ ਖਰਚਾ ਵੀ ਤੋਰਨਾ ਹੁੰਦਾ ਨਾ। ਹਾਂਜੀ, ਤੇ ਫਿਰ ਹੌਲੀ ਹੌਲੀ ਇਹ ਜਾਣੀ ਕੋ ਘਰ ਦਾ ਜਿਹੜਾ ਕੋ 2-4 ਕਿਲੋ ਹੋਇਆ ਵਿੱਚੋਂ ਕੋ 2 ਕਿਲੋ ਵੇਚ ਕੇ ਘਰ ਦਾ ਨਿਜ਼ਾਮ ਵੀ ਚਲਾ ਲਿਆ, ਉਹ ਥੋੜਾ ਥੋੜਾ ਸਟਾਕ ਕਰਕੇ ਫਿਰ ਇਦਾਂ 5-7 ਦਿਨ 10 ਦਿਨ 15 ਦਿਨ ਲੱਗ ਸਕਦਾ। ਹਾਂ ਬਿਲਕੁਲ ਜੀ, ਚਾਹੀ ਚਾਹੀ ਦਾ ਟਾਈਮ ਹੋ ਗਿਆ। ਭਰਾਈਆਂ ਸੀ ਤੇ 4 ਦਿਨ ਲੱਗੇ ਸੀਗੇ, 10 ਦਿਨ ਲੱਗੇ ਸੀਗੇ। ਰੋਜ਼ ਬਾਲਟੀ ਭਰ ਕੇ ਲਿਆਉਂਦੇ ਸੀ, ਲੱਭ ਕੇ ਲੈਣਾ ਹੁੰਦਾ, ਚੱਲੀ ਸਮੇਤ ਲੈ ਕੇ ਆਉਂਦੇ, ਉਦੋਂ ਨੈਕ ਦੇ ਸਾਹਮਣੇ ਨਿਚੋੜਦੇ ਸੀਗੇ ਤੇ ਕੈਨ ਭਰ ਕੇ ਦੇ ਆਉਂਦੇ। ਸਹੀ ਹੈ, ਇਸ ਗੱਲ ਦੀ ਗਰੰਟੀ ਹੈ। ਚਲੋ ਜੀ, ਚੈੱਕ ਕਰਾ ਕੇ। ਹਾਂਜੀ, ਬਾਕੀ ਜੀ ਕੰਮ ਸਾਡਾ ਚੱਲ ਰਿਹਾ ਹੈ, ਖੈਰ ਕਰੇ ਜਿਵੇਂ ਜਿਵੇਂ ਕੰਮ ਸਾਡਾ ਕੰਪਲੀਟ ਹੁੰਦਾ ਜੀ ਤਾਂ ਸਾਰਾ ਆਪਣੇ ਬਿਆਨ ਵੀ ਸ਼ੇਅਰ ਕਰਦੇ ਹਾਂ ਜੀ। ਚਾਹੇ ਦਾ ਟਾਈਮ ਹੋ ਗਿਆ, ਚਾਹੇ ਪੀਂਦੇ ਚਾਹੇ ਪੀ ਕੇ ਫਿਰ ਦੁਬਾਰਾ ਕੰਮ ਸ਼ੁਰੂ ਹੁੰਦਾ। ਅੱਛਾ ਜੀ, ਕੰਮ ਸਾਡਾ ਮਾਸ਼ਾਅੱਲਾ ਸ਼ੁਰੂ ਆ ਜੀ। ਜਿੱਦਾਂ ਕਿ ਮੈਂ ਫਸਟ ਟਾਈਮ ਦਿਖਾਇਆ ਸੀ ਵੀਡੀਓ ਦੇ ਵਿੱਚ ਕਿ ਅਸੀਂ ਇਹ ਦੀਵਾਰ ਲਗਾ ਰਹੇ ਹੋਏ ਹਾਂ, ਇਹ ਦੀਵਾਰ ਸਾਰੀ ਇੱਟ ਇਕੱਠੀ ਇਕੱਠੀ ਕਰਕੇ ਕੁਛ ਪੁਰਾਣੀ ਇੱਟ ਵਿੱਚ ਮਿਕਸ ਕੀਤੀ ਆ ਜੀ, ਕਰਕੇ ਨਵੀਂ ਇੱਟ ਮਿਲਾ ਕੇ ਪੁਰਾਣੀ ਮਿਲਾ ਕੇ, ਅਤੇ ਇਹ ਪਿੱਛੇ ਵਾਲੀ ਜਿਹੜੀ ਦੀਵਾਰ ਨਾ ਜੀ ਇਹ ਤਕਰੀਬਨ ਫਾਈਨਲ ਸਾਡੀ ਹੋ ਚੁੱਕੀ ਆ ਜੀ। ਆਖਰੀ ਵਾਰ ਗਾਰਡਰ ਨਾਲ ਲੱਗਦਾ ਪਿਆ, 10 ਫੁੱਟ 'ਤੇ ਗਾਰਡਰ ਰੱਖੇ ਆ ਔਰ 11 ਫੁੱਟ 'ਤੇ ਸਾਡੀ 10.5-11 ਫੁੱਟ 'ਤੇ ਛੱਤ ਫਾਈਨਲ ਹੋ ਜਾਣੀ ਹੈ ਜੀ। ਰਸਮੀ ਆਖਰੀ ਵਾਰ ਲੱਗ ਰਿਹਾ ਜਿਹੜਾ ਹੈ ਸਾਈਡ ਦੇ ਉੱਪਰ, ਅਤੇ 4 ਇੰਚ ਤਾਂ ਆਖਰੀ ਵਾਰ ਲੱਗਣਾ ਨਾ, ਉੱਧਰੋਂ ਇੱਕ ਹੋਰ ਵਾਰ ਲਾ ਕੇ 4 ਇੰਚ ਲਾ ਦੇਂਗੇ ਕਿ ਬਾਅਦ 'ਚ ਲਾਏਗਾ? ਮਿਸਤਰੀ ਜਿਹੜਾ ਲੱਗਾ ਹੋਇਆ ਨਾ ਜੀ, ਇਹਦੇ ਵਿਚਾਰਾ ਇੰਨਾ ਕੁ ਮਾੜਾ ਹੈ ਨਾ ਕਿ ਅੱਜ ਇਹਦੇ ਵੀ ਦੇਖਿਆ, ਮਿਹਨਤ ਇਹਦੀ ਦੇਖ ਲਓ। ਰਿਆਸਤ ਆ ਜੁੱਤੀ ਦਿਖਾਇਆ ਨਾ ਆਪਣੀ ਜਰਾ ਕੇ ਥੱਲੇ ਨੂੰ, ਥੱਲੇ ਦਿਖਾਈ ਜੁੱਤੀ, ਦਿਹਾੜੀ ਵੀ 1300 ਰੁਪਇਆ ਜੀ, ਔਰ ਆਪਣੇ ਬੱਚਿਆਂ ਦੀ ਜਿਹੜੀ ਰੋਜ਼ੀ ਕਮਾ ਰਿਹਾ ਥੱਲੇ ਗਿਆ ਬੱਚੇ, ਜੁੱਤੀ ਅਤੇ ਦੋਨਾਂ ਪਾਸੇ ਟਾਕੀਆਂ ਬੰਨੀਆਂ ਹੋਈਆਂ, ਇੱਧਰ ਵੀ ਟੁੱਟੀ ਆ ਅਤੇ ਟਾਕੀ ਬੰਨੀ, ਅਤੇ ਇੱਧਰ ਵੀ ਟੁੱਟੀ ਅਤੇ ਟਾਕੀ ਬੰਨੀ, ਸਿਰਫ ਆਪਣੇ ਬੱਚਿਆਂ ਦੀ ਰੋਜ਼ੀ ਕਮਾਉਣ ਦੇ ਵਿੱਚ ਮਸਰੂਫ ਹੈ ਕਿ ਜੁੱਤੀ ਲੈਣ ਦਾ ਵਿਚਾਰੇ ਕੋਲ ਨਹੀਂ ਹੈਗਾ, ਵਸੀਲਾ ਨਹੀਂ ਬਣਿਆ ਹੈਗਾ। ਇਸ ਕਰਕੇ ਮੈਂ ਜਿਹੜੀ ਦਿਹਾੜੀ ਨੇ ਟੁੱਟਣ ਦਿੱਤੀ ਹੈਗੀ, ਮੈਂ ਕਿਹਾ ਤੂੰ ਆ ਜਾ ਆਣ ਕੇ, ਜਿਹੜੀ ਇੱਟ ਪਈ ਨਾ ਪੁਰਾਣੀ ਨਵੀਂ ਇੱਟ ਜਿਹੜੀ ਸਾਰੀ ਇਕੱਠੀ ਕਰਕੇ, ਅਤੇ ਚਲੋ ਪਿਛਲੀ ਦੀਵਾਰ 'ਤੇ ਲਗਾਈਏ ਇਹਨਾਂ 'ਚ, ਡੇਲੀ ਬੇਸਿਸ 'ਤੇ ਦਿਹਾੜੀ ਕਰਨ ਵਾਲਾ ਬੰਦਾ ਜਿਹੜਾ। ਮਹਿੰਦਰ ਯਾਰ ਦਿਹਾੜੀ ਨਾ ਟੁੱਟੇ, ਕੱਲ੍ਹ ਵੀ ਅਸੀਂ ਆ ਕੇ ਤੇਗੇ ਭਰ ਲਏ, ਅਤੇ ਇਹਦੀ ਗੱਲ ਕਿਨ ਕਹਿ ਸਕਦੇ, ਇੱਕ ਦਿਹਾੜੀ ਰੈਸਟ ਕਰ ਲਾ ਯਾਰ। ਇੱਧਰ ਸਾਈਡ ਦੀ ਦੀਵਾਰ ਔਰ ਇਹ ਵਾਲੀ ਇੱਟ ਰਹਿ ਗਈ ਆ ਜੀ, ਔਰ ਦੀਵਾਰ ਵਾਲੀ ਸਾਈਡ 'ਤੇ ਚੱਲਦੇ ਹਾਂ। ਇੱਧਰਲੇ ਕਮਰੇ ਵਿੱਚ ਇਹ ਵਾਲੀ ਇੱਟ ਪਈ ਹੈ ਔਰ ਬਾਹਰ ਇੱਧਰ ਵੀ ਇੱਕ ਰਹਿ ਗਿਆ ਲੱਗਣ ਵਾਲਾ।
ਬਾਕੀ ਦੇਖਦੇ ਹਾਂ ਜੀ ਜਿੱਦਾਂ ਇਹਨਾਂ ਦੀ ਦੁਬਾਰਾ ਇੱਟ ਆਉਂਦੀ ਆ ਬਹਿਣ ਬਹਿਣ ਵਾਸਤੇ ਇੱਕ ਇੱਟ ਇੱਟ ਦੀ ਟਰੈਲੀ ਦੀ ਰਿਕੁਐਸਟ ਕੀਤੀ ਆ ਕਿ ਇਹਨਾਂ ਨੂੰ ਇੱਟ ਦੀ ਟਰੈਲੀ ਮਿਲਦੀ ਆ ਅਤੇ ਉਸ ਤੋਂ ਫਿਰ ਕੰਮ ਬਾਅਦ ਕੰਮ ਸ਼ੁਰੂ ਕਰਾਂਗੇ ਔਰ ਅੱਜ ਵਾਲੀ ਵੀਡੀਓ ਦੇ ਵਿੱਚ ਹੀ ਕਰਾਂਗੇ ਇਹਨਾਂ ਦੁਬਾਰਾ ਨਵੀਂ ਵੀਡੀਓ ਨਾਲ ਹੋਵਾਂਗੇ ਹਾਜ਼ਰ ਤਦ ਤੱਕ ਕੇ ਲੀਏ ਖੁਦਾ ਹਾਫਿਜ਼।